वाइस चेयरमैन मनुखी अधिकार मंच असी इत्थे अज वर्ल्ड लैवल ते मनुखी अधिकार मंच दे सैमीनार दे विच शामिल होए हैं। सारे जिन्हें भी इत्थे नीलों विच जिहड़ा प्रोग्राम हो रहा उहदे विच भी जिन्हें भी अपने हक्कां लई असी मनुखी अधिकार दे रक्कां लई लड़ाई करने लोगों नूं जागरूक करने लई इकट्ठे होए हैं। असी चाहुंदे हां वी जिहड़ा बंदे नूं कोई भी किसे दुख सुख जिहनूं पता नहीं है तां असी उहनां दा साथ देईए, उहनां नूं मिल के सारिआं नूं इक मंच ते इकट्ठा करके जिहड़ियां बुराईआं असी उहनां नूं वी दूर करिए, नशिआं तों वी दूर रहिण। असी इस लई असी अज इत्थे मनुखी अधिकार मंच दा जिहड़ा दिन मना रहे हां। ਮੈਂ ਸੁਖਵਿੰਦਰ ਪਾਲ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਸਰ ਡਾਕਟਰ ਜਸਵਾਲ ਸਿੰਘ ਖੇੜਾ, ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ। ਉਹਨਾਂ ਨੇ ਸਾਨੂੰ ਏਡੀ ਬੜੀ ਦਾਤ ਬਖਸ਼ੀ, ਸਮਾਜ 'ਤੇ ਇੱਕ ਨਾਮ ਆਇਆ ਹੈਗਾ ਉਹਨਾਂ ਦੀ ਬਦੌਲਤ। ਅੱਜ ਜਿਹੜਾ ਇਹ ਸਮਾਰੋਹ ਰੱਖਿਆ ਹੈਗਾ ਕੈਲੰਡਰ ਡਾਇਰੀਆ ਵੰਡਣ ਦਾ, ਇਹ ਸਰ ਬਹੁਤ ਬੜਾ ਕੰਮ ਕਰ ਰਹੇ ਸਾਡੇ ਸਾਰਿਆਂ ਲਈ। ਮੈਂ ਦਿਲੋਂ ਧੰਨਵਾਦ ਕਰਦੀ ਹੈਗੀ ਹਾਂ ਜਸਵਾਲ ਸਿੰਘ ਖੇੜਾ ਜੀ। ਮੈਂ ਪੂਜਾ ਰਾਣੀ, ਪ੍ਰੈਜੀਡੈਂਟ ਆਫ ਪੰਜਾਬ ਮਨੁੱਖੀ ਅਧਿਕਾਰ ਮੰਚ ਦੇ ਅਹੁਦੇਦਾਰ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਇੱਥੇ ਮੈਂ ਸਾਰੇ ਪਹੁੰਚੇ ਹੋਏ ਆਪਣੇ ਭੈਣਾਂ ਭਰਾਵਾਂ ਅਤੇ ਬੜੇ ਬਜ਼ੁਰਗਾਂ ਦਾ ਧੰਨਵਾਦ ਕਰਦੀ ਹਾਂ। ਅੱਜ ਸਾਡੇ ਇੱਥੇ ਪਹੁੰਚਣ ਦਾ ਕਾਰਨ 2021 ਦੇ ਡਾਇਰੀ ਔਰ ਕੈਲੰਡਰ ਦਾ ਸਨਮਾਨ ਸਮਾਰੋਹ ਆਰੰਭ ਕੀਤਾ ਗਿਆ ਔਰ ਸਾਡੇ ਇਸ ਮੰਚ ਦੇ ਮਨੁੱਖੀ ਅਧਿਕਾਰ ਮੰਚ ਦੇ ਡਾਕਟਰ ਜਸਵੰਤ ਸਿੰਘ ਖੇੜਾ ਜੀ, ਇਹਨਾਂ ਨੇ ਜੋ ਬਹੁਤ ਪੁਰਾਣੇ ਇਸ ਮੰਚ ਨੂੰ ਚਲਾਉਂਦੇ ਆ ਰਹੇ ਨੇ, ਬਹੁਤ ਹੀ ਸੂਝਵਾਨ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਮੰਚ ਨੂੰ ਚਲਾ ਰਹੇ ਨੇ। ਅਸੀਂ ਇਸ ਮੰਚ ਤੋਂ ਬਹੁਤ ਹੀ ਸਾਰੇ ਖੁਸ਼ ਹਾਂ। ਇਸ ਸੁਭਾਗੇ ਦਿਨ ਸਾਨੂੰ ਪ੍ਰਾਪਤ ਹੋਇਆ ਕਿ ਸਾਨੂੰ ਇਸ ਤਰ੍ਹਾਂ ਦੇ ਸਾਡੇ ਨੈਸ਼ਨਲ ਪ੍ਰੈਜੀਡੈਂਟ ਸਾਹਿਬ ਸਾਨੂੰ ਮਿਲੇ ਹਨ ਔਰ ਇਹਨਾਂ ਦੀ ਬਦੌਲਤ ਮੰਚ ਬਹੁਤ ਵਧੀਆ ਚੱਲ ਰਿਹਾ ਹੈ। ਇਸ ਮੰਚ ਦੇ ਜਿੰਨੇ ਵੀ ਅਹੁਦੇਦਾਰ ਨੇ ਸਾਰੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਹਨ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੇ ਚੱਲ ਰਹੇ ਹਨ। ਥੈਂਕ ਯੂ ਸੋ ਮੱਚ। ਮੈਂ ਡਾਕਟਰ ਜਸਵੰਤ ਸਿੰਘ ਖੇੜਾ, ਨੈਸ਼ਨਲ ਪ੍ਰੈਜੀਡੈਂਟ ਹਿਊਮਨ ਰਾਈਟਸ ਮੰਚ। ਮੇਰੇ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾਕਟਰ ਰਾਮ ਜੀ ਲਾਲ, ਹੈੱਡ ਆਫ ਡਿਪਾਰਟਮੈਂਟ ਹਿਊਮਨ ਰਾਈਟਸ ਮੰਚ, ਗੁਰਬਚਨ ਸਿੰਘ ਜੀ ਚੇਅਰਮੈਨ ਐਡਵਾਈਜ਼ਰੀ ਕਮੇਟੀ ਪੰਜਾਬ, ਪਰਸਨਲ ਸੈਕਟਰੀ ਹੁਸਨ ਲਾਲ ਸਿੰਘ, ਗੁਰਦੀਪ ਸਿੰਘ ਐਡਵਾਈਜ਼ਰੀ ਕਮੇਟੀ ਦੁਆਬਾ ਜ਼ੋਨ ਅਤੇ ਹੋਰ ਮੇਰੇ ਮਨੁੱਖੀ ਅਧਿਕਾਰ ਮੰਚ ਦੇ ਅਹੁਦੇਦਾਰ ਮੈਂਬਰ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਨੇ। ਅੱਜ ਮਨੁੱਖੀ ਅਧਿਕਾਰ ਮੰਚ ਵੱਲੋਂ ਅੰਤਰਰਾਸ਼ਟਰੀ ਹਿਊਮਨ ਰਾਈਟਸ ਡੇ ਨੂੰ ਸਮਰਪਿਤ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਬਲਾਕ ਸਮਰਾਲਾ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਕਰਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਅੱਜ ਮਨੁੱਖੀ ਅਧਿਕਾਰ ਮੰਚ ਵੱਲੋਂ 2021 ਦੀ ਡਾਇਰੀ ਅਤੇ ਸਾਲ 2021 ਦਾ ਕੈਲੰਡਰ ਉਹ ਰਿਲੀਜ਼ ਕੀਤਾ ਜਾਵੇਗਾ। ਅੱਜ ਮਨੁੱਖੀ ਅਧਿਕਾਰ ਮੰਚ ਵੱਲੋਂ ਜਿਹੜਾ ਸੰਵਿਧਾਨ 26 ਜਨਵਰੀ 1950 ਨੂੰ ਸਾਡੇ 'ਤੇ ਲਾਗੂ ਹੋਇਆ ਉਹ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ ਸਮਰਪਿਤ ਮਨਾ ਰਹੇ ਹਾਂ। 10 ਦਸੰਬਰ 1948 ਨੂੰ ਜਿਹੜਾ ਸੰਵਿਧਾਨ ਆ ਸਾਡਾ, ਸਾਡੇ ਮੌਲਿਕ ਹੱਕ ਨੇ, ਮੌਲਿਕ ਅਧਿਕਾਰ ਨੇ, ਉਹਨਾਂ ਨੂੰ ਲਾਗੂ ਕੀਤਾ ਗਿਆ ਸੀ ਅਤੇ ਜੋ ਭਾਰਤ ਦਾ ਸੰਵਿਧਾਨ ਆ ਉਹ ਸੰਸਾਰ ਦੇ ਵਿੱਚ ਸਭ ਤੋਂ ਵੱਡਾ, ਜਿਹਦੀਆਂ 14,700 ਸਮਥਿੰਗ ਧਾਰਾਂ ਨੇ, ਪਰ ਅੱਜ ਤੱਕ ਅਸੀਂ ਮਹਿਸੂਸ ਕਰਦੇ ਹਾਂ ਕਿ ਜੋ ਸਾਡੇ ਸਮਾਜ ਵਾਸੀਆਂ ਨੂੰ ਸੰਵਿਧਾਨ ਪ੍ਰਤੀ ਜਾਗਰੂਕਤਾ ਦੀ ਲੋੜ ਆ ਉਹ ਹਜੇ ਉਨੀ ਨਹੀਂ ਜਿੰਨੀ ਅਸੀਂ ਇਹਨਾਂ ਨੂੰ ਹੋਣੀ ਚਾਹੁੰਦੇ ਹਾਂ। ਮਨੁੱਖੀ ਅਧਿਕਾਰ ਮੰਚ ਸ਼ੁਰੂ ਤੋਂ ਹੀ 2002 ਤੋਂ ਹੁਣ ਤੱਕ ਹਰ ਸਾਲ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਲਾਉਂਦਾ ਆ ਰਿਹਾ। 2003 ਤੋਂ ਮਨੁੱਖੀ ਅਧਿਕਾਰ ਮੰਚ ਨੇ ਆਪਣਾ ਕੈਲੰਡਰ ਸ਼ੁਰੂ ਕੀਤਾ ਸੀ। 2007 ਦੇ ਵਿੱਚ ਜਾ ਕੇ ਮਨੁੱਖੀ ਅਧਿਕਾਰ ਮੰਚ ਵੱਲੋਂ ਮੇਰੇ ਹੱਕ ਨਾਂ ਦਾ ਇੱਕ ਮੈਗਜ਼ੀਨ ਸ਼ੁਰੂ ਕੀਤਾ ਗਿਆ। 2011 ਤੋਂ ਮਨੁੱਖੀ ਅਧਿਕਾਰ ਮੰਚ ਨੇ ਆਪਣੀ ਡਾਇਰੀ ਸ਼ੁਰੂ ਕੀਤੀ, ਜਿਹੜੀ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਬਰਾਬਰ ਹਰ ਸਮੇਂ ਹਰ ਸਾਲ ਨਵੀਂ ਨਿਕਲਦੀ ਆ ਰਹੀ ਆ।
मैं समूह देशवासियों नूं मनुखी अधिकार मंच दे राही कहना चाहांगा कि देशवासियो अज साडे देश नूं बहुत वड्डी लोड़ आ जागरूकता दी। आप जागरूकता इकट्ठी करो तां जो आपां अपने समाज नूं वधिया ते खुशबूदार बना सकीए। जय हिंद। ਜਿਹੜਾ ਸਾਹਿਬ ਇਹ ਤੋਂ ਇਲਾਵਾ ਹੋਰ ਤੁਹਾਡਾ ਜਿਹੜਾ ਮੰਚ ਹੈ ਕੀ ਕੰਮ ਕਰਦਾ? ਮਨੁੱਖੀ ਅਧਿਕਾਰ ਮੰਚ ਸਮਾਜਿਕ ਕੁਰੀਤੀਆਂ ਦੇ ਉੱਤੇ ਆਪਣਾ ਪਹਿਰਾ ਦਿੰਦਾ ਆ ਰਿਹਾ, ਜਿਸ ਦੇ ਵਿੱਚ ਭਰੂਣ ਹੱਤਿਆ, ਨਸ਼ਾ ਵਿਰੋਧੀ ਸੈਮੀਨਾਰ, ਲੋਕਾਂ ਨੂੰ ਜਾਗਰੂਕਤਾ ਸੈਮੀਨਾਰ, ਅਲੱਗ ਅਲੱਗ ਜਿਹੜੀਆਂ ਸਮਾਜਿਕ ਕੁਰੀਤੀਆਂ ਨੇ, ਅਲਾਮਤਾਂ ਨੇ, ਉਹਨਾਂ ਦੇ ਖਿਲਾਫ ਮਨੁੱਖੀ ਅਧਿਕਾਰ ਮੰਚ ਆਪਣਾ ਕੰਮ ਕਰਦਾ ਆ ਰਿਹਾ ਅਤੇ ਲੋਕਾਂ ਨੂੰ ਜਾਗਰੂਕ ਕਰਦਾ ਆ ਰਿਹਾ। ਉਸ ਦੇ ਨਾਲ ਨਾਲ ਸਾਡਾ ਜਿਵੇਂ ਲੇਡੀਜ਼ ਗਰੁੱਪ ਨੇ, ਉਹਨਾਂ ਦੇ ਵਿੱਚ ਅਸੀਂ ਔਰਤ ਪ੍ਰਤੀ ਜਾਗਰੂਕਤਾ, ਜਿਵੇਂ 8 ਮਾਰਚ ਨੂੰ ਅਸੀਂ ਮਨਾ ਰਹੇ ਹਾਂ ਅਤੇ ਹਰ ਸਾਲ ਮਨਾਇਆ ਜਾਂਦਾ ਟੀਚਰ ਡੇ। ਇਹ ਉਹ ਮੰਚ ਆ ਜਿਸ ਨੇ ਹੁਣ ਤੱਕ 72,000 ਤੋਂ ਉੱਪਰ ਸਾਡੇ ਪੰਜਾਬ ਦੇ ਵਿੱਚ ਸਟੂਡੈਂਟ ਨੇ ਜਿਹੜੇ ਮਨੁੱਖੀ ਅਧਿਕਾਰ ਮੰਚ ਵੱਲੋਂ ਸਨਮਾਨਿਤ ਕੀਤੇ ਗਏ ਨੇ ਅਤੇ ਹੁਣ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਮਨੁੱਖੀ ਅਧਿਕਾਰ ਮੰਚ HRM ਅਵਾਰਡ ਜਾਂ ਸਨਮਾਨ ਸਮਾਰੋਹ ਕਰਕੇ ਲੋਕਾਂ ਨੂੰ ਸਨਮਾਨਿਤ ਕਰਦਾ ਅਤੇ ਕਰਦਾ ਰਹੇਗਾ। ਸਰਪ੍ਰਸਤ ਮੰਚ ਅੱਜ ਇੰਟਰਨੈਸ਼ਨਲ ਮੰਚ, ਜਿਸ ਮੌਕੇ ਪਹਿਲਾਂ ਤਾਂ ਸਾਰੇ ਹੀ ਕਾਰਕੁਨਾਂ ਨੂੰ ਵਧਾਈ ਦਿੰਦਾ ਹਾਂ। ਅੱਜ ਦੇ ਦਿਨ ਮਨੁੱਖਤਾ ਦੀ, ਹੱਕਾਂ ਦੀ ਰੱਖਿਆ ਪ੍ਰਤੀ ਮਨੁੱਖੀ ਅਧਿਕਾਰ ਮੰਚ ਪੂਰੀ ਤਰ੍ਹਾਂ ਸਮਰਪਿਤ ਹੈ ਔਰ ਵਕਤ ਬਵਕਤਨ ਸੈਮੀਨਾਰ ਰਾਹੀਂ ਜਾਂ ਨੁੱਕੜ ਮੀਟਿੰਗਾਂ ਰਾਹੀਂ ਹਰ ਸਮੇਂ ਜਾਗਰੂਕ ਕਰਨ ਦਾ ਕੰਮ ਕਰਦਾ ਰਹਿੰਦਾ ਹੈ ਅਤੇ ਜਿਹੜੇ ਕਰੰਟ ਮਾਮਲੇ ਚੱਲਦੇ ਹਨ, ਜਿਵੇਂ ਕਿ ਅੱਜ ਕੱਲ੍ਹ ਕਿਸਾਨ ਅੰਦੋਲਨ, ਉਹਨਾਂ ਬਾਰੇ ਵੀ ਜਾਗਰੂਕ ਲਹਿਰ ਪੂਰੀ ਤਰ੍ਹਾਂ ਪਾ ਰਿਹਾ ਹੈ ਔਰ ਹਰ ਇੱਕ ਨਾਗਰਿਕ ਅਤੇ ਕਾਰਕੁਨ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਦਾ ਆ ਰਿਹਾ ਹੈ। ਇਹ ਜਿਹੜਾ ਸਰ ਚੱਲਦਾ ਹੁਣ ਕਿਸਾਨ, ਤੁਸੀਂ ਉਹਨਾਂ ਦੀ ਹਮਾਇਤ ਕਰਦੇ ਹੋ ਜਾਂ ਨਹੀਂ? ਹਮਾਇਤ ਕਰਦੇ ਹਾਂ। ਜਿੰਨੇ ਵੀ ਆਉਂਦੇ ਦਾ ਨੇ ਸਾਰਿਆਂ ਦਾ ਸਾਡੇ ਵੱਲੋਂ ਹਾਰਦਿਕ ਸਵਾਗਤ ਆ। ਸਾਰਿਆਂ ਨੂੰ ਅਸੀਂ ਜੀ ਆਇਆ ਕਹਿੰਦੇ ਹਾਂ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਚੇਤਨਾ ਮੰਚ ਦੇ ਉੱਪਰ ਆਪਣਾ ਕੀਮਤੀ ਸਮਾਂ ਦਿਖਾਇਆ। ਇਸ ਤੋਂ ਬਾਅਦ ਧਾਰਮਿਕ ਸਮਾਜਿਕ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ ਸਾਡੇ ਪੰਜਾਬੀ ਕਲਾਕਾਰ ਹਰਭਜਨ ਜਲੋਜੂ।